ਸੋ ਭੈਣੋ ਇੱਕ ਬੇਨਤੀ ਮੈਂ ਤੁਹਾਨੂੰ ਕਰਨੀ ਹੈ। ਬਹੁਤ ਮੈਂ ਵੇਖ ਰਿਹਾ ਵੀ ਇੱਕ ਰਿਵਾਜ਼ ਤੁਰ ਪਿਆ ਵੀ ਭੈਣਾਂ ਨੇ ਛੋਟੇ ਛੋਟੇ ਬੱਚਿਆਂ ਦੇ ਕੇਸ ਕਤਲ ਕਰਾਏ ਆ ਅਤੇ ਬਹਾਨਾ ਇਹ ਬਣਾ ਲੈਂਦੀਆਂ ਵੀ ਭਾਈ ਸਾਡੇ ਕੋਲ ਸਾਂਭੇ ਨਹੀਂ ਜਾਂਦੇ ਅਤੇ ਗੱਲ ਮੇਰੀ ਕੌੜੀ ਹੈ ਵੀ ਇਹ ਜਦੋਂ ਡੇਢ ਡੇਢ ਘੰਟਾ ਮੇਕਅਪ 'ਤੇ ਲੱਗਦਾ ਉਦੋਂ ਆਪਣਾ ਸਮਾਂ ਨਹੀਂ ਖਰਾਬ ਹੁੰਦਾ। ਜੇ ਕੋਈ ਨਾਟਕ ਵੇਖਣ ਬਹਿ ਜਾਈਏ ਡਰਾਮਾ ਚਾਰ ਚਾਰ ਘੰਟੇ ਲੱਗ ਜਾਣ ਉਦੋਂ ਕੋਈ ਸਮਾਂ ਨਹੀਂ ਖਰਾਬ ਹੁੰਦਾ ਅਤੇ ਜੇ ਬੱਚੇ ਦਾ ਜੂੜਾ ਨਹੀਂ ਸਾਡੇ ਕੋਲ ਪੰਜਾਂ ਮਿੰਟਾਂ 'ਚ ਕੀਤਾ ਜਾਂਦਾ ਦਸਤਾਰ ਨਹੀਂ ਬੰਨ੍ਹੀ ਜਾਂਦੀ ਅਤੇ ਇਹ ਸਿਰਫ ਪਖੰਡ ਹੈ ਬਹਾਨਾ ਇਹਦੇ 'ਚ ਸੱਚਾਈ ਕੋਈ ਨਹੀਂ। ਸੋ ਆਪਾਂ ਇਹ ਸਾਰੇ ਹੀ ਬਹਾਨੇ ਬਣਾਉਣੇ ਬੰਦ ਕਰ ਦਈਏ ਨੌਜਵਾਨੋ ਆਪਾਂ ਵੀ, ਕਿਉਂਕਿ ਅਸੀਂ ਵੀ ਬੜੇ ਬਹਾਨੇ ਬਣਾਉਂਦੇ ਹਾਂ। ਮੈਂ ਬਣਾਉਂਦਾ ਆਇਆ ਜਦੋਂ ਮੈਂ ਕੇਸ ਕਤਲ ਕੀਤੇ ਅਤੇ ਮੈਂ 100 ਕਿਤਾਬਾਂ ਇਹੋ ਜਿਹੀਆਂ ਇਕੱਠੀਆਂ ਕਰ ਲਈਆਂ, 100 ਤਰਕ ਇਹੋ ਜਿਹੇ ਘੜ ਲਏ ਘਰਦਿਆਂ ਨੂੰ ਦਿਖਾਉਣ ਲਈ ਵੀ ਇਹ ਕੋਈ ਗੱਲ ਹੀ ਨਹੀਂ ਏਡੀ ਵੱਡੀ ਜਿਹੜੀ ਮੈਂ ਕਰ ਦਿੱਤੀ ਹੈ। ਘਰਦੇ ਬੜੇ ਦੁਖੀ ਸਨ ਵੀ ਇਹ ਕੀ ਪਾਪ ਕੀਤਾ ਅਤੇ ਮੈਂ ਅੱਗੇ ਉਹਨਾਂ ਨੂੰ ਉਹ ਗੱਲਾਂ ਸੁਣਾਉਂਦਾ ਸੀ ਉਹੋ ਜਿਹੇ ਬੰਦਿਆਂ ਦੀਆਂ ਜਿਹੜੇ ਕਹਿੰਦੇ ਸੀ ਵੀ ਕੋਈ ਗੱਲ ਨਹੀਂ ਕੇਸ ਕਤਲ ਕਰਨਾ ਕੋਈ ਗੱਲ ਹੀ ਨਹੀਂ, ਅਤੇ ਜਿੱਦਣ ਰੱਖੇ ਨੇ ਉਦਣ 100 ਤਰਕ ਮੇਰੇ ਕੋਲ ਅਜੇ ਹੈਗੇ ਆ ਉਹੜੇ ਜਿਹੜੇ ਕੇਸ ਕਤਲ ਕਰਾਉਣ ਵਾਲੇ ਰੱਖੇ। ਕੇਵਲ ਇੱਕ ਗੱਲ ਦੇ ਉੱਤੇ ਨੇ, ਉਹ ਇਹ ਹੈ ਵੀ ਗੁਰੂ ਦਾ ਹੁਕਮ ਹੈ, ਗੁਰੂ ਦੇ ਹੁਕਮ ਦੇ ਉੱਤੇ ਕੋਈ ਤਰਕ ਨਹੀਂ ਚੱਲਦਾ। ਸੋ ਆਪਾਂ ਜਵਾਨੀ ਦੇ ਵਿੱਚ ਕੋਈ ਕਤਾਈ ਕਰਕੇ ਕਰਾਹੇ ਪੈਂਦਾ ਪੈ ਜਾਵੇ ਉਹ ਮੁੜ ਸਕਦਾ ਹੈ, ਕਿਸੇ ਦੇ ਬਚਪਨ ਵਿੱਚ ਕੇਸ ਕਤਲ ਕਰਨ ਦਾ ਪਾਪ ਜਿਹੜਾ ਉਹ ਸਾਡੇ ਸਿਰ ਹੈ। ਅਸੀਂ ਜਵਾਨੀ ਤੱਕ ਉਹਨਾਂ ਦੇ ਕੇਸਾਂ ਦੀ ਸੰਭਾਲ ਕਰਨੀ ਹੈ, ਅੱਗੇ ਉਹਨਾਂ ਦੀ ਜ਼ਿੰਮੇਵਾਰੀ ਹੈ। ਪਰ ਜੇ ਕਿਸੇ ਦੇ ਬਚਪਨ 'ਚ ਕਟਾ ਕੇ ਪਰੇ ਮਾਰਾਂਗੇ ਕਤਲ ਕਰਾ ਕੇ, ਤਾਂ ਫਿਰ ਤੁਸੀਂ ਦੱਸੋ ਵੀ ਉਹਨੇ ਅੱਗੇ ਕੀ ਕਰਨਾ ਹੈ।